ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੋਗ ਦੇ ਵਿੱਚ। ਅਤੇ ਟਾਈਮ ਸਵੇਰ ਦੇ 9 ਵਜ ਗਏ ਅਤੇ ਕੌਫੀ ਵਾਲਾ ਕੱਪ ਆਪਣੇ ਕਰਤਾ ਆਪਣਾ ਖਾਲੀ ਅਤੇ ਆਪਾਂ ਹੋ ਗਏ ਹੁਣ ਐਨ ਕੰਡੇ 'ਤੇ ਆਪਣੇ ਕਰਦੇ ਹਾਂ ਦਿਨ ਦੀ ਸ਼ੁਰੂਆਤ। ਅਤੇ ਇਹਨੂੰ ਮਿਲੋ ਤੁਸੀਂ, ਇਹ ਮਸਤਿਆ ਫਿਰਦਾ। ਇਹਦਾ ਨਾ ਸੌਣ ਦਾ ਟਾਈਮ ਆਵੇ, ਇਹਨੂੰ ਖੇਲ ਕੇ ਸੌਣਾ ਉਹਨੇ, ਇਹਨੇ ਪੂਰੀਆਂ ਮਸਤੀਆਂ ਮਾਰ ਕੇ ਇਹਨੇ ਖੇਲ ਕੇ ਇਹਨੇ ਫਿਰ ਸੌਣਾ, ਇਹਨੇ ਫਿਰ ਸੌਣਾ ਇਹਨੇ। ਅਤੇ ਚਲੀਏ ਫਿਰ ਕਰੀ ਕੰਮ ਕਰ। ਹਾਂਜੀ ਹਾਂਜੀ ਚਲੋ ਖੋਲੋ ਜੀ ਲੋਕ। ਸ਼ਾਨ ਹੋਏ ਆਪਾਂ ਹੁਣ ਚੱਲਦੇ ਹਾਂ ਲੈ ਕੇ ਆਉਣ ਵਾਸਤੇ ਆਪਣੇ ਕੋਕੋ ਕੋਲੇ ਸ਼ੋਪ ਵਾਸਤੇ ਬੀਅਰਾਂ। ਸਾਰਾ ਸਮਝਦਾਰ ਆਪਣਾ ਖਤਮ ਹੋਇਆ ਸੀਗਾ ਅਤੇ ਹੁਣ ਆਪਾਂ ਉਹ ਜਾ ਕੇ ਲੈ ਕੇ ਆਉਣ। ਸਭ ਤੋਂ ਪਹਿਲਾਂ ਠੰਡੇ ਠੰਡੇ ਜਾ ਕੇ ਆਪਣਾ ਇਹ ਇੱਕ ਵਾਰ ਚੱਕਰ ਲਾਈਏ, ਬਾਕੀ ਉਸ ਤੋਂ ਬਾਅਦ ਜਿਹੜੇ ਕੰਮ ਹੋਣਗੇ ਫਿਰ ਦਿਨ 'ਚ ਆਪਾਂ ਫਿਰ ਕਰਦੇ ਰਹਾਂਗੇ। ਅੱਜ ਸਮਾਨ ਮਿੱਤਰੋ ਥੋੜ੍ਹਾ ਮਿਲਿਆ ਆਪਾਂ ਨੂੰ ਮੈਗਜ਼ੀਨ ਤੋਂ, ਕਿਉਂਕਿ ਨਾ ਅਗਸਤ ਕਰਕੇ ਸਾਰੇ ਲੋਕ ਆਉਂਦੇ ਆ ਅਤੇ ਸਮਾਨ ਚੱਕ ਚੱਕ ਲੈ ਕੇ ਜਾਂਦੇ ਆ। ਆਹ ਦੇਖੋ ਸਮਾਨ ਇੰਨਾ ਕਿ ਮਿਲਿਆ, 3 ਪੇਟੀਆਂ ਕੋਲੀਆਂ ਬਚੀਆਂ ਵੀ ਸੀਗੀਆਂ ਅਤੇ 3 ਪਰੂਣੀਆਂ ਬਚੀਆਂ ਵੀ ਸੀਗੀਆਂ, 1 ਹੈਂਡ ਕਰ ਦੀ। ਅਤੇ ਜਿਹੜਾ ਸਮਾਨ ਮੈਨੂੰ ਚਾਹੀਦਾ ਸੀਗਾ ਉਹ ਸਮਾਨ ਮਿਲਿਆ ਹੀ ਨਹੀਂ ਹੈਗਾ ਅਤੇ ਮੈਂ ਔਡਰ ਕਰਤਾ ਇਹ ਅੱਜ ਸ਼ਾਮ ਨੂੰ ਜਾਂ ਕੱਲ੍ਹ ਨੂੰ ਸਵੇਰੇ ਫਿਰ ਆਪਣੇ ਦੁਕਾਨ 'ਤੇ ਘਰ ਆ ਕੇ ਸਮਾਨ ਤਾਂ ਆ ਜਾਣਗੇ ਇਕੱਠਾ। ਅਤੇ ਫਿਲਹਾਲ ਆਪਾਂ ਇੰਨਾ ਕੁ ਸਮਾਨ ਲੈ ਕੇ ਚੱਲਦੇ ਹਾਂ। ਮੈਂ 50 ਕਿਲੋਮੀਟਰ ਆਇਆ ਸਮਾਨ ਲੈਣ ਵਾਸਤੇ, ਚੀਜ਼ਾਂ 4 ਮਿਲੀਆਂ। ਫੋਨ ਦਾ ਕਵਰ ਮੇਰੇ ਤੋਂ ਟੁੱਟ ਗਿਆ ਆਪਣੇ ਤਾਂ, ਦੇਖੋ ਨਿਕਲਿਆ ਪਿੱਛੋਂ ਆ ਚੀਜ਼, ਇਹ ਇੱਦਾਂ ਵਿੱਚ ਲੱਗੀ ਹੁੰਦੀ ਹੈ ਇਹਦੇ ਵੀ ਇਹਦੇ ਉੱਪਰ ਜਿਹੜਾ ਚੀਜ਼ ਨਾ ਨਿਸ਼ਾਨ ਨਾ ਪਵੇ, ਕਿਉਂਕਿ ਆਹ ਦੇਖੋ ਆਹ ਚੀਜ਼ ਕੱਟ ਗਿਆ ਉਰੇ ਇੱਥੇ ਆ। ਅਤੇ ਬਾਕੀ ਮੈਂ ਤੁਹਾਨੂੰ ਰਿਵਿਊ ਦਿੰਦਾ ਆਈਫੋਨ 15 ਪ੍ਰੋ ਦਾ ਅਤੇ 15 ਪ੍ਰੋ ਮੈਕਸ ਦਾ, ਆਪਣੇ ਕੋਲ ਦੋਨੇ ਹੈਗੇ ਆ। ਇਹਨਾਂ 12, 13, 14 ਦੇ ਮੁਕਾਬਲੇ 15 ਪ੍ਰੋ ਮੈਕਸ ਗਰਮ ਬਹੁਤ ਜ਼ਿਆਦਾ ਹੁੰਦਾ ਹੈ, ਕਿਉਂਕਿ ਜਿਹੜੀ ਇਹਦੀ ਬੋਡੀ ਆ ਉਹ ਟਾਈਟੈਨੀਅਮ ਦੀ ਬਣੀ ਹੋਈ ਆ, ਬਹੁਤ ਜ਼ਿਆਦਾ ਗਰਮ ਹੁੰਦੀ ਆ। ਅਤੇ ਬਾਕੀ ਜੇ ਆਪਾਂ ਕਵਰ ਪਾ ਕੇ ਰੱਖ ਰਹੇ ਤਾਂ ਹੋਰ ਵੀ ਜ਼ਿਆਦਾ ਗਰਮ ਹੁੰਦਾ ਹੈ, ਬਗੈਰ ਕਵਰ ਤੋਂ ਰੱਖਦੇ ਹਾਂ ਤਾਂ ਮਾੜਾ ਸਾਹ ਆਉਂਦਾ ਅਤੇ ਫਿਰ ਗਰਮ ਘੱਟ ਹੁੰਦਾ ਹੈ। ਕਈ ਵਾਰ ਤਾਂ ਦਿਨ ਦੇ ਵਿੱਚ ਵੀਡੀਓ ਬਣਾਉਂਦੇ ਹਾਂ ਨਾ, ਵੀਡੀਓ ਬਣਾਉਂਦਾ ਬਣਾਉਂਦਾ ਗਰਮ ਇੰਨਾ ਹੋ ਜਾਂਦਾ ਅਤੇ ਵੀਡੀਓ ਬਣਾਉਣੀ ਬੰਦ ਕਰ ਦਿੰਦਾ ਹੈ। ਗਰਮੀ ਇੰਨੀ ਉਰੇ ਇਟਲੀ 'ਚ ਮੰਨਦਾ ਅਤੇ ਇੰਡੀਆ 'ਚ ਕਿੰਨੀ ਮੰਨਦਾ ਹੋਊਗਾ, ਅਤੇ ਇਹਦੇ ਬਾਰੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਅਤੇ ਬਾਕੀ ਨਾ ਆਈਫੋਨ ਜਿਹੜਾ ਕੋਈ ਵੀ ਹੋਵੇ ਉਹ ਬਗੈਰ ਕਵਰ ਤੋਂ ਹੀ ਸੋਹਣਾ ਲੱਗਦਾ, ਆਪਾਂ ਪਾਲਣੇ ਵੀ ਸੇਫਟੀ ਵਾਸਤੇ ਵੀ ਜਦੋਂ ਸੇਫਟੀ ਹੁੰਦੀ ਆ, ਜਿਹੜੀ ਮੇਨ ਸੇਫਟੀ ਹੁੰਦੀ ਆਈਫੋਨ ਦੀ ਕਿਸੇ ਵੀ ਫੋਨ ਦੀ ਹੋਵੇ ਉਹ ਤਾਂ ਸਕਰੀਨ ਦੀ ਹੁੰਦੀ ਹੈ ਨਾ, ਅਤੇ ਸਕਰੀਨ ਅਸੀਂ ਇੱਦਾਂ ਉੱਪਰ ਮਾੜਾ ਹਲਕੇ ਕਲਰ ਰੱਖਿਆ ਹੁੰਦਾ ਪਿੱਛੇ ਆ ਪਾ ਕੇ ਰੱਖਦੇ ਹਾਂ, ਪਰ ਆਈਫੋਨ ਤਾਂ ਕੋਈ ਵੀ ਹੋਵੇ ਬਗੈਰ ਕਵਰ ਤੋਂ ਹੀ ਸੋਹਣਾ ਲੱਗਦਾ। ਅਤੇ ਬਾਕੀ ਗਰਮ ਬਹੁਤ ਹੁੰਦਾ, ਬਾਕੀ ਬਹੁਤ ਵਧੀਆ ਵੀਡੀਓ ਵਗੈਰਾ ਬਣਾਉਣ ਵਾਸਤੇ ਬੈਸਟ ਆਪਸ਼ਨ ਹੈ ਆਈਫੋਨ ਦੀ, ਕੈਮਰੇ ਕਲੈਰਿਟੀ ਅਤੇ ਸਾਊਂਡ ਕਲੈਰਿਟੀ ਨੂੰ ਲੈ ਕੇ। ਅਤੇ ਬਾਕੀ ਤੁਸੀਂ ਜੇ ਬਾਏ ਕਰਨਾ ਤਾਂ ਜਾ ਕੇ ਕਰੋ। ਅਤੇ ਆਪਾਂ ਹੁਣ ਤਾਂ ਟਾਈਮ 10 ਵਜ ਗਏ ਅਤੇ ਆਪਾਂ ਹੁਣ ਚੱਲੀਏ। ਹਾਂ ਵੀ ਜਮਾ ਹਾਂ ਕਰ ਰਿਹਾ ਸਮੁੰਦਰ, ਤੇਰੇ ਕੰਮ ਨਿਬੜ ਜਾਏਗਾ ਜੀ। ਨਿਬੜ ਗਿਆ ਜੀ। ਕੀ ਵਾਜ ਕੀ ਤੇਰੇ ਅੱਜ ਦੁਬਾਰਾ ਫੇਰ ਸੁਪਨੇ ਹੀ ਧਰ ਲਈਏ ਜੀ। ਤੇਰਾ ਫੇ ਕੱਲ ਤੋਂ ਸੁਪਨੇ ਬਣਾਈ ਵਾਲੇ, ਫਿਰ ਉਹ ਕੁੜੀ ਕਹਿੰਦੀ ਸੀ ਕੱਲ ਕਹਿੰਦੀ ਕੱਲ ਨੂੰ ਮੈਂ ਹੋਊਂਗੀ, ਕਹਿੰਦੀ ਹੋਰ ਬਣਾ ਲਾ ਦੀ, ਫਿਰ ਅੱਗੇ ਛੁੱਟੀਆਂ ਆ ਜਾਣੀਆਂ ਨੇ ਵੀ ਆਪਾਂ ਸਮਾਨ ਸਟੋਰ ਕਰ ਲਈਏ। ਉੱਥੇ ਵੀ ਸਮਾਨ ਨਹੀਂ ਮਿਲਿਆ ਛੁੱਟੀ ਕਰਕੇ ਨਾ। ਅੱਛਾ, ਲੋਕ ਸਾਰੇ ਜਾਂਦੇ ਸਮਾਨ ਚੱਕ ਚੱਕ ਲੈ ਜਾਂਦੇ ਵੀ ਛੁੱਟੀਆਂ ਹਫ਼ਤੇ ਦੀਆਂ ਗੱਲ ਦੇ ਵਿੱਚ, ਉੱਥੇ ਵੀ ਸਮਾਨ ਮਿਲਿਆ। ਮੈਂ ਵੀ 4 ਚੀਜ਼ ਚੱਕ ਕੇ ਮੁੜਿਆ, ਹੁਣ ਕੱਲ ਆਰਡਰ ਕੀਤੇ, ਕੱਲ ਲੈ ਕੇ ਬਣਾਉਣਾ। ਅੱਛਾ, ਖਾਣ ਕੀ ਬਣਾਇਆ ਜਦੋਂ? ਖਾਣ ਨੂੰ ਪਾਸਤਾ ਬਣਾਇਆ ਜੀ। ਤੇ ਪਹਿਲਾਂ ਮਿੱਤਰੋ ਪੂਰਾ ਬੋਲਦਾ ਆਪਣੇ ਸ਼ਹਿਰ ਦਾ, ਦੇਖੋ ਆਪਾਂ ਆਇਆ ਵਾਲੀ ਮਾਰਕੀਟ, ਸਾਡੇ ਸ਼ਹਿਰ ਦੀ ਨਾ ਸਭ ਤੋਂ ਮਤਲਬ ਵੀ ਘੈਂਟ ਮਾਰਕੀਟ ਹੈ, ਸਸਤੀ ਵੀ ਆ ਸਪੇਨ ਤੋਂ ਬਾਅਦ ਵਿੱਚ, ਅਤੇ ਸਮਾਨ ਵੀ ਵਧੀਆ ਮਿਲਦਾ, ਕੁਆਲਿਟੀ ਸਮਾਨ ਮਿਲਦਾ ਹੈ। ਪਰ ਗਰਮੀ ਦਾ ਸਰ ਦੇਖੋ ਸਾਰੀ ਜਿਹੜੀ ਪਿੱਛੋਂ ਪਾਰਕਿੰਗ ਆ ਖਾਲੀ ਪਈ ਆ, ਨਹੀਂ ਤਾਂ ਮਾਰਕੀਟ ਨੂੰ ਸਾਹ ਨਹੀਂ ਆਉਂਦਾ। 2 ਬੰਦੇ ਲੱਗੇ ਹੁੰਦੇ ਆ ਪਰ ਕੇਜੋ ਲਵਾਉਣ ਵਾਸਤੇ, ਅਤੇ ਹੁਣ ਸਾਰੀ ਮਾਰਕੀਟ ਵਿਹਲੀ ਪਈ ਆ। ਕਿੱਥੋਂ ਆਪਾਂ ਲੈ ਕੇ ਆਵੋਗਾਡੋ, ਆਹ ਵਾਲਾ ਫਰੂਟ ਆਵੋਗਾਡੋ ਮੇਰੇ ਤੋਂ ਵੈਸੇ ਇਕੱਲਾ ਇਕੱਲਾ ਪੀਸ ਇਹ ਮਿਲਦਾ, ਪਰ ਆਹ ਦੇਖੋ ਜੀ 2 ਵੀ ਪੈਕ ਕੀਤੇ ਹੋਏ ਇਹਨਾਂ ਨੇ, ਇਹ ਜੋਕ ਕੇ ਨਹੀਂ ਮਿਲਦੇ, ਇਹ ਨੰਬਰ ਹਿਸਾਬ ਨਾਲ ਮਿਲਦਾ। ਮੈਂ ਕਿਹਾ 1.5 ਕਿਲੋ ਦਾ 1 ਪੀਸ ਹੈ ਤਾਂ
ਅਤੇ ਇੱਕ ਆਪਾਂ ਨੇ ਲੈਣਾ ਹੈ ਲਾਤੇ ਦੁੱਧ ਲੈਣਾ ਆਪਾਂ ਨੇ ਚੌਲਾਂ ਵਾਲਾ ਠੰਡਾ ਹੁੰਦਾ ਨਾ, ਜਿਵੇਂ ਚੌਲਾਂ ਦੀ ਕਹਿੰਦੇ ਵਿੱਚ ਕੱਢੀ ਹੁੰਦੀ ਆ ਉਹ ਦੁੱਧ ਠੰਡਾ ਹੁੰਦਾ ਪੀਣ ਵਾਸਤੇ। ਆਹ ਦੇਖੋ ਇੱਧਰ ਲੱਗੇ ਹੋਏ ਆ ਸਾਰੇ ਚੌਲਾਂ ਵਾਲੇ ਹੀ ਆ, ਚੌਲ ਨੂੰ ਕਹਿੰਦੇ ਰੀਜ਼ੋ ਇਟਾਲੀਅਨ ਦੇ ਵਿੱਚ, ਅਤੇ ਆਹ ਸਾਰੇ ਇਹਦੇ ਵਿੱਚ ਚੌਲਾਂ ਵਿੱਚ ਲੱਗੇ ਹੋਏ ਆ। ਅਤੇ ਰਾਹ ਵਾਲਾ ਰੀਜ਼ੋ ਡਰਿੰਕ ਪੀਓ, ਮੰਨ ਲਓ ਵੀ ਇਹ ਬਾਇਓਲੋਜਿਕ ਹੈ। ਅਤੇ ਹੋਰ ਵੀ ਇੱਧਰ ਲੱਗੇ ਹੋਏ ਆ ਪਰ ਆਪਾਂ ਚੌਲਾਂ ਵਾਸਤੇ ਲੱਗੇ ਜਾਣਾ। ਇਹਦੇ ਵਿੱਚ ਇਕੱਲੇ ਹੈਗਾ ਚੌਲਾਂ ਦਾ, ਅਤੇ ਆਹ ਵਾਲਾ ਹੈਗਾ ਇਹ ਵਿੱਚ ਕੋਕੋ ਵੀ ਆ। ਇੱਕ ਲੈ ਕੇ ਜਾਣਾ ਆਪਾਂ ਨੇ ਸੋਇਆ ਪ੍ਰੋਟੀਨ, ਇਹ ਵੀ 50 ਗ੍ਰਾਮ ਪ੍ਰੋਟੀਨ ਹੈ 1 ਲੀਟਰ ਦੁੱਧ ਦੇ ਵਿੱਚ, ਇਹ ਵੀ ਬੈਸਟ ਹੁੰਦਾ। ਭੇਡਾਂ ਦਾ ਦੁੱਧ ਵੀ ਮਿਲਦਾ ਮਿੱਤਰੋ, ਦੇਖੋ ਇੱਥੋਂ ਲਾਤੇ ਦੀ ਕਾਬਰਾ 100% ਸਾਰ ਦੋ ਮਤਲਬ ਪਿਓਰ ਰਹਿਣ, ਅਤੇ ਇਹਦੇ ਵਿੱਚ ਵੀ ਬੜਾ ਕੁਝ ਹੁੰਦਾ ਜਿਵੇਂ ਆਪਾਂ ਕਹਿੰਦੇ ਨਾ ਭੇਡ ਦੁੱਧ ਬਹੁਤ ਮਲਾਈਆਂ ਆਉਂਦੀਆਂ। ਤਾਂ ਇਹ 'ਚ ਪ੍ਰੋਟੀਨ ਹੈਗਾ 3.3 ਗ੍ਰਾਮ, ਅਤੇ ਫੈਟ ਬਹੁਤ ਹੁੰਦੀ ਹੈ ਇਹ 'ਚ 3.5 ਗ੍ਰਾਮ ਫੈਟ ਹੈ, ਅਤੇ ਕਾਲਚੋ 130 ਮੈਗਾ ਕਾਲਚੋ, ਬਹੁਤ ਗਾੜਾ ਦੁੱਧ ਹੈ ਭੇਡ ਦਾ। ਗੁਸ਼ਾਨ ਵਾਸਤੇ ਆਪਾਂ ਲੈ ਕੇ ਜਾਵਾਂਗੇ ਆਪਾਂ ਮੈਗੀ, ਅਤੇ ਇਹਦੇ ਵਿੱਚ ਬਸ ਪਾਣੀ ਐਡ ਕਰਨਾ ਅਤੇ ਸਭ ਕੁਝ ਲਗਭਗ ਓਕੇ ਬਣੀ ਹੋਈ ਹੈ, ਪਾਣੀ ਐਡ ਕਰਕੇ ਝਟਪਟ ਬਣ ਜਾਣੀ ਆ। ਗੁਸ਼ਾਨ ਨੇ ਖੁਸ਼ ਹੋ ਜਾਣਾ ਦੇਖ ਕੇ। ਲੈ ਵੀ ਅੱਜ ਮਾਰਕੀਟ ਦੇ ਵਿੱਚ ਨਾ ਮੈਂ ਬਹੁਤ ਸਾਲਾਂ ਬਾਅਦ ਦੇਖਣ ਲੱਗਿਆ, ਨਹੀਂ ਤਾਂ ਸਾਰੀਆਂ ਫਰਮਾਜੂ ਪ੍ਰੋ ਵਾਲੇ ਗੁਰਗੁੰਜ ਵਾਲੇ ਹੁੰਦੇ ਆ। ਆਹ ਦੇਖੋ ਇੱਧਰ ਪਨੀਰ ਆਪਣਾ ਬਿਲਕੁਲ ਐਨ ਇੰਡੀਆ ਵਾਲਾ ਪਨੀਰ ਹੈ, ਅਤੇ ਮੋਰਬੀ ਤੋਂ ਆਪਾਂ ਲੈ ਕੇ ਚੱਲਦੇ ਇੱਕ ਟਰਾਈ ਕਰ ਲਉਂਗੇ, ਮੰਮੀ ਹੁਣੀ ਬਣਾ ਕੇ ਦੇਖ ਲਉਂਗੇ ਸਬਜ਼ੀ ਬਣੀ ਵਧੀਆ ਜੀ। ਮੈਨੂੰ ਪੰਜ ਲੱਗਿਆ ਦੇਖ ਮੈਂ ਤੋਂ ਕਰਦੇ ਕਰਦੇ ਸਮਾਨ ਦਾ ਨਾ, ਕੋਈ ਚੀਜ਼ ਇੱਕ ਲੈਣ ਜਾਂਦੇ ਹੋ ਅਤੇ ਕਈ ਲੈਣੀ ਪੈ ਜਾਂਦੀ ਹੈ। ਓਕੇ ਚਲੋ ਲੈ ਸਮਾਨ, ਸਮਾਨ ਮਾੜਾ ਲੈਣ ਚਾਹੀਦਾ ਧੋਲਾ ਭਰ ਜਾਂਦਾ। ਹਾਂਜੀ ਉਹ ਤਾਂ ਹੈ, ਪਾਣੀ ਪਿਆ ਬਹੁਤ ਪਿਆਸ, ਪਾਣੀ ਹੁਣੇ ਫ੍ਰਿਜ 'ਚ ਲਾਇਆ, ਪਾਣੀ ਤਾਂ ਜਿੰਨਾ ਪੀ ਜਾ ਉਨੇ ਮੁੱਕੇ ਲੱਗਦਾ ਵੀ ਹੋਰ ਪੀ ਜਾ ਹੋਰ ਪੀ ਜਾ ਹੋਰ ਪੀ ਜਾ ਜੀ। ਬਸ ਲੈਣ ਤਾਂ ਦੁੱਧ ਜਾਂਦੀ ਮੈਂ ਪ੍ਰੋਟੀਨ ਸੋਇਆ ਪ੍ਰੋਟੀਨ ਦੁੱਧ ਹੋ ਗਿਆ ਜੀ। ਆ ਗੁਸ਼ਾਨ ਵਾਤੀ ਆਵੇ ਸੋਇਆ ਦੁੱਧ ਹੈ, ਨਹੀਂ ਇੱਕ ਸੋਇਆ ਦੇ ਇੱਕ ਚੌਲਾਂ ਦਾ ਦੁੱਧ ਵਧੀਆ ਹੁੰਦਾ ਠੰਡਾ ਹੁੰਦਾ ਨਾ, ਇੱਕ ਦੇ ਪਨੀਰ ਹਾਂਜੀ ਹੈ ਨਾ, ਅਤੇ ਆਪਾਂ ਤਫੂ ਲਿਆਉਂਦੇ ਹਾਂ ਹਰੇਕ ਵਾਰੀ, ਆ ਉੱਥੇ ਲੱਗੇ ਹੋਏ ਸੀਗੇ, ਮੈਂ ਸਬਜ਼ੀ ਬਣਾ ਕੇ ਦੇ ਜੇ ਵਧੀਆ ਬਣਿਆ ਬੰਦਾ ਲਿਆਉਂਦੇ ਹੈਗੇ ਨਾ, ਇਹ ਮਿਲਦਾ ਨਹੀਂ ਹੈਗਾ ਆਵੋਕਾਡੋ, ਇਹ ਵੀ ਕਹਿਣ ਜੀ ਮਿੱਤਰੋ ਆਹ ਤਾਂ ਕਿਆ ਕਹਿਣੀ ਇਹਦੇ ਆਵੋਕਾਡੋ ਦੇ, ਇਹਦਾ ਬੰਦਾ ਹਫ਼ਤੇ 1 ਵਾਰੀ ਆਵੋਕਾਡੋ ਦਾ ਇੱਕ ਪੀਸ ਖਾਵੇ, ਮੈਂ ਕਹਿੰਦਾ ਵੀ ਬੋਡੀ ਬੰਦੇ ਦੀ ਐਨ ਫਿੱਟ ਰਹਿੰਦੀ, ਘੈਂਟ ਗੱਲਬਾਤ ਓਕੇ ਆ। ਆਹ ਦੇਖ ਤੇਰੇ ਵਾਸਤੇ ਕੀ ਲੈ ਕੇ ਆਇਆ ਮੈਂ, ਅੱਛਾ ਕੋਰੀਅਨ ਨਿਊਡਲ, ਇਹ ਪਾਣੀ ਪਾ ਕੇ ਬਣੇ ਵੀ ਪਏ ਨੇ ਤਾਂ ਬੜੇ ਧਮਾਕੇਦਾਰ ਨੇ, ਤਿੱਖੀ ਹੁੰਦੀ ਮਿਰਚਾਂ ਬਹੁਤ ਨਹੀਂ ਪਾਈਆਂ ਵੀਆਂ, ਇਹਦਾ ਵੀ ਸ਼ਾਮ ਨੂੰ ਖਾਵਾਂ ਇਹ ਤੜਕਾ ਹੁਣੇ ਲਾਦੇ ਬਰੇ ਨਵੇੜ ਪਰੇ ਢਿੱਡ ਭਰੇ ਆ ਮਣ ਗਿਆ ਜੀ ਮੈਂ ਨਹੀਂ ਦਿਖੀ ਦਾ। ਪਹਿਲਾਂ ਬੀਜ ਕੇ ਪਹਿਲਾਂ ਪਹਿਲਾਂ ਬੀਜ ਨਾਲ ਸ਼ਰ ਕੇ ਸੋ ਜਾ ਸ਼ਰ ਸੋ ਜਾ ਪੱਪੂਆ ਮਾਣੂ ਬਿੱਲੀ ਆਈ ਆ, ਇਹ ਤਾਂ ਮਾਣੂ ਬਿੱਲੀ ਇਹਦੇ ਕਿਹੜਾ ਡਰ ਲੱਗਦਾ ਕਿਸ ਤੋਂ ਨਾ, ਫਿਰ ਇੱਥੋਂ ਬੜੇ ਉੱਥੇ ਇੱਥੋਂ ਬੜੇਗਾ ਕਾਲੇ ਇੱਧਰ ਭੱਜਦਾ ਅੱਜ ਮਿੱਤਰੋ ਖੋ ਗਿਆ ਸੀਗਾ, ਫਿਰ ਦੁਬਾਰਾ ਪੈਂਥਰ ਆਪਣਾ ਅੱਜ ਨੂੰ ਲੁੱਕੀ ਬੈਠਾ ਬੋਲਿਆ ਵੀ ਪਹਿਲਾਂ ਸਵੇਰੇ ਖੇਡੀ ਖੁੱਡ ਗਿਆ, ਬਾਅਦ 'ਚ ਇੰਨਾ ਥੱਕ ਗਿਆ ਇੰਨਾ ਥੱਕ ਗਿਆ, ਫਿਰ ਇਹ ਨਾ ਕੁਰਸੀ ਥੱਲੇ ਵੜ ਕੇ ਪੈ ਗਿਆ, ਇੰਨੀਆਂ ਹਾਕਾਂ ਮਾਰੀਆਂ ਨਿਕਲੇ ਨਹੀਂ ਬਾਹਰ, ਇਹ ਨਿਕਲੇ ਨਹੀਂ ਬਾਹਰ, ਨਿਕਲੇ ਨਹੀਂ ਬਾਹਰ, ਗਲੇ ਪਰ ਲੱਤ ਲਾਈ ਪੱਖਾ ਸ਼ਾਮ ਹੀ ਛੱਡਿਆ ਮਿੱਤਰ ਦੇਖ ਇੱਧਰ ਪੱਖਾ ਲੱਗਿਆ ਵਾ, ਤੇ ਕੁਸ਼ਾਨ ਹੋਣੀਆਂ ਲੰਮੀਆਂ ਤਾਣੀ ਪਾਏ ਆ, ਤੇ ਆਪਾਂ ਹੁਣ ਚੱਲਦੇ ਆ ਮਿੱਤਰੋ
ਇੱਕ ਦੋ ਟੀ ਸ਼ਰਟਾਂ ਨਿੱਕਰਾਂ ਵਗੈਰਾ ਲੈ ਕੇ ਆਉਣੀਆਂ ਅਤੇ ਨਾਲੇ ਸਿਮਰ ਦਵਾ ਕੇ ਲਿਆਉਣੇ ਕੱਪੜੇ। ਇਹ ਕਹਿੰਦੀ ਮੈਂ ਵੀ ਕੱਪੜੇ ਲੈ ਕੇ ਆਉਣੇ, ਕੰਮ ਕੁੰਮ 'ਤੇ ਪਾਉਣ ਨੂੰ ਫਿਰ ਲੋਟ ਰਹਿੰਦੇ ਹਲਕੇ ਜੇ, ਅਤੇ ਆਪਣੇ ਲਾਗੇ ਬਿਲਕੁਲ ਨੇੜੇ ਹੀ ਦੁਕਾਨ ਹੈ, ਉਸ ਤੋਂ ਜਾ ਕੇ ਲੈ ਕੇ ਆਉਂਦੇ ਹਾਂ। ਗਰਮੀ ਨੇ ਮਿੱਤਰ ਪੂਰਾ ਐਨ ਕੰਮ ਖਿੱਚਿਆ ਪਿਆ, ਗੱਡੀ ਵੀ ਅਤੇ ਏ ਸੀ ਫੁੱਲ ਛੱਡ ਕੇ ਜਾਣਾ ਪੈਂਦਾ, ਕਿਉਂ ਲੈਣਾ ਕਿਤੇ ਮਾਰਕੀਟ 'ਚ। ਮੈਂ ਮਾਰਕੀਟ 'ਚੋਂ ਲੋਰਾਂ ਬਾਰੇ ਸੋਚਿਆ ਜੀ ਵੀ ਕੰਮ ਵਾਸਤੇ, ਹੈ ਨਾ, ਲੋਰਾਂ ਹਲਕੀਆਂ ਹਲਕੀਆਂ ਜੇ ਮਿਲ ਜਾਣ ਜੀ, ਜੇ ਉੱਥੇ ਹੋਈਆਂ ਨਾ ਫਿਰ ਲੈ ਆਉਂਗੀ, ਜੇ ਨਾ ਹੋਈਆਂ ਫਿਰ ਮੈਨੂੰ ਪਤਾ ਮੈਂ ਕੀ ਜਾ ਕੇ ਲੈਣਾ, ਜਾਂਦੀ ਸਾਰੇ ਮੈਂ ਚੱਕਰ ਵਾਲੇ ਸਿਮਰ ਨੇ ਟਰਾਈ ਨਹੀਂ ਕਰਨੀ ਹੈ, ਜਾਣੂ ਮੈਂ ਚੀਜ਼ ਲੈ ਵੀ ਲੈਣਾ ਹੈ। ਸਿਮ ਐਦੀ ਗੱਲ ਹੈ ਨਾ, ਤੁਸੀਂ ਘਰੋਂ ਸੋਚ ਕੇ ਜਾਂਦੇ ਹੋ ਵੀ ਮੈਂ ਇੱਦਾਂ ਦੀ ਪੈਂਟ ਜਾਂ ਇੱਦਾਂ ਦੀ ਮੈਂ ਟੀ ਸ਼ਰਟ ਲੈ ਕੇ ਆਉਣੀ, ਤੁਸੀਂ ਜਦੋਂ ਜਾ ਕੇ ਉੱਥੋਂ ਚੱਕ ਲੈਣੇ, ਮੇਰਾ ਨਹੀਂ ਛੇਤੀ ਦੇ ਕੇ ਮਾਇੰਡ ਬਣਦਾ ਹੈਗਾ ਜੀ ਮੈਂ ਕਿਵੇਂ ਦੇ ਕੱਪੜੇ ਲੈਣੇ ਨੇ। ਇਹ ਸਾਰਿਆਂ ਦੇ ਹੁੰਦਾ, ਮੈਂ ਕਹਿੰਦਾ ਜਿਹਨੇ ਮੁੰਡੇ ਹੁੰਦੇ ਆ ਮੁੰਡੇ ਇੱਦਾਂ ਹੀ ਸੋਚਦੇ, ਸਾਰੇ ਨੂੰ ਪਹਿਲਾਂ ਹੀ ਆਪਣੇ ਮਨ ਦੇ ਵਿੱਚ ਪਲੈਨ ਬਣ ਜਾਂਦਾ ਵੀ ਜਿਹੜੀ ਚੀਜ਼ ਲੈਣ ਜਾਣਾ ਹੈ ਬਸ ਉੱਥੇ ਹੀ ਜਾਣਾ, ਚੱਕਣੀਆਂ ਅਤੇ ਪੈਸੇ ਦੇਣੇ ਅਤੇ ਆਪਣੇ ਘਰ ਨੂੰ। ਅਤੇ ਬੀਬੀਆਂ ਥੋੜ੍ਹਾ ਹੁੰਦਾ ਵੀ ਜਾ ਕੇ ਫਿਰ ਤੈਨੂੰ ਪਤਾ ਜਿਹੜੀ ਚੀਜ਼ ਲੈਣੀ ਹੁੰਦੀ ਆ ਉਹ ਸਭ ਤੋਂ ਬਾਅਦ 'ਚ ਦੇਖਣੀ ਆ, ਅਤੇ ਪਹਿਲਾਂ ਜਾ ਕੇ ਆਲਾ ਆਲਾ ਦੇਖੀ ਜਾਣਾ ਨਾ, ਇੱਥੋਂ ਸਟਾਰਟ ਕਰਦੇ ਆਹ ਦੇਖਣਾ ਆਹ ਦੇਖਣਾ, ਅਤੇ ਜਿਹੜੀ ਚੀਜ਼ ਲੈਣੀ ਉਹ ਸਭ ਤੋਂ ਬਾਅਦ 'ਚ ਵਾਰੀ ਆਉਣੀ ਆ। ਥੋੜ੍ਹਾ ਜਿਹਾ ਸੌਖਾ ਵੀ ਆ ਜੀ ਇੱਥੇ, ਥੋੜ੍ਹਾ ਜਿਹਾ ਇਹਨਾਂ ਦੇ ਟਾਈਪ ਦੇ ਕੱਪੜੇ ਹੁੰਦੇ ਆ, ਹੈ ਨਾ, ਆਪਾਂ ਆਪਣੀ ਟਾਈਪ ਦੇਖ ਕੇ ਥੋੜ੍ਹੀ ਜਿਹੀ ਲਈ ਦੀ ਆ, ਉਹ ਫਰਕ ਹੈਗਾ ਜੀ। ਇਹ ਗੱਲ ਹੈਗੀ ਇਹਨਾਂ ਦੇ, ਮਤਲਬ ਇਹਨਾਂ ਦਾ ਪਹਿਰਾਵਾ ਮਤਲਬ ਵੀ ਇੱਕ ਬਹੁਤ ਜ਼ਿਆਦਾ ਵੈਸਟਰਨ ਪਹਿਰਾਵਾ, ਉਹ ਤਾਂ ਆਪਾਂ ਕਦੇ ਵੀ ਨਹੀਂ ਪਾ ਵੀ ਨਹੀਂ ਸਕਦੇ, ਹੈ ਨਾ, ਉਹ ਵੈਸੇ ਆਪਾਂ ਚੰਗਾ ਵੀ ਨਹੀਂ ਲੱਗਦਾ ਉਹ, ਪਰ ਜਿਹੜੇ ਆਪਣੇ ਲੈਵਲ ਜੇ ਦੇ ਆਪਣੇ ਹਿਸਾਬ ਦਾ ਜੇ ਕੱਪੜੇ ਹੁੰਦੇ ਉਹ ਤਾਂ ਫਿਰ ਲੱਭ ਕੇ ਲੈਣੇ ਪੈਣੇ ਆ। ਇਹ ਤਾਂ ਸਿਮਰ ਤੂੰ ਗੱਲ ਤੂੰ ਲੱਖ ਰੁਪਏ ਦੀ ਗੱਲ ਕੀਤੀ ਹੈ। ਹਾਂਜੀ, ਕਿਉਂਕਿ ਤੁਹਾਡੇ ਮੁੰਡਿਆਂ ਨਾਲ ਬਰਾਬਰੇ ਹੁੰਦੇ ਨੇ ਇੱਥੇ ਪੈਂਟਾਂ ਸ਼ਰਟਾਂ, ਕੁੜੀਆਂ ਦੇ ਪੈਰਾਂ ਵਿੱਚ ਤਾਂ ਬਹੁਤ ਜ਼ਿਆਦਾ ਫਰਕ ਹੈ ਜੀ ਇੱਥੇ। ਇਹ ਤਾਂ ਗੱਲ ਹੈ। ਲਓ ਵੀ ਮੈਂ ਤੁਹਾਨੂੰ ਪਹੁੰਚ ਗਿਆ ਭਾਈ, ਇੰਨੇ ਕੁ ਟਾਈਮ 'ਚ ਆਪਾਂ ਪਹੁੰਚ ਜਿਹਾ ਮਾਰਕੀਟ ਬਿਲਕੁਲ ਨੇੜੇ ਆਪਣੇ, ਜਿਹੜੇ ਆਪਣੇ ਸਿੰਪਲ ਆਪਾਂ ਕੱਪੜੇ ਕੁੱਪੜੇ ਲੈਣੇ ਆ। ਅਤੇ ਇਹ ਦੇਖੋ ਇੱਥੇ ਆਹ ਸਾਹਮਣੇ ਇੱਥੇ ਛੋਟਾ ਚੈਂਤਰ ਕਮਰਸ਼ਾਲ ਆ, ਉਹ ਵੀ ਇਸ ਮਾਰਕੀਟ 'ਚ ਨਾ ਸਾਰਾ ਕੁਝ ਮਿਲ ਜਾਂਦਾ ਆਪਣੀ ਵੀ, ਤਾਂ ਮੈਂ ਕਹਿੰਦਾ ਕੋਈ ਚੀਜ਼ ਹੈ ਨਹੀਂ ਜਿਹੜੀ ਆਮ ਲੋਕਲ 'ਚ ਪਾਉਂਦੀ ਹੁੰਦੀ ਆ, ਨਾਲੇ ਕੋਲੇ ਮੈਕ ਵੀ ਆ ਅਤੇ ਕੋਲੇ ਪੈਟਰੋਲ ਪੰਪ ਹੈ, ਪਾਰਕਿੰਗ ਬਹੁਤ ਵੱਡੀ ਆ, ਹੁਣ ਤਾਂ ਹੋਰ ਹੀ ਬਹੁਤ ਵੱਡਾ ਬਣਨ ਲੱਗ ਗਿਆ। ਇੱਥੇ ਪਲੈਸਤਰਾ ਖੁੱਲ੍ਹ ਰਿਹਾ ਨਵਾਂ, ਇੱਥੇ ਆ ਸਿਮਰ, ਹਾਂ ਬਿਲਕੁਲ ਨੇੜੇ ਆ, ਦੇਖੋ ਪਿੱਛੇ ਆਪਾਂ ਦੇਖੇ ਨਹੀਂ ਕਦੇ, ਹੈ ਨਾ, ਉਹ ਉੱਥੇ ਬਾਟਾ ਦਾ ਸ਼ੋਰੂਮ ਲੱਗਿਆ ਹੋਇਆ, ਬਾਟਾ ਸ਼ੋਰੂਮ, ਅਤੇ ਆਹ ਇੱਕ ਦੂਜਾ ਉਹਦੇ ਇਹ ਪਤਾ ਨਹੀਂ ਕਹਦਾ, ਹਾਂ ਪਿੱਛੇ ਵੀ ਆ, ਸਾਰੇ ਦੁਬਾਰੇ ਨਵੇਂ ਸਾਰਾ ਰੈਨੋਵੇਟ ਹੋ ਰਿਹਾ ਸਾਰੀ ਆ। ਚੱਲ ਚੱਲੀਏ ਜਾ ਕੇ ਦੇਖ ਕੇ ਆਈਏ ਮਿੰਟੋ ਮਿੱਟੀ। ਵਾਹਿਗੁਰੂ ਸੱਚਾ ਪਾਤਸ਼ਾਹ, ਆਹ ਅੰਦਰ ਆ ਗਿਆ ਤਾਂ ਮਿੱਤਰੋ ਆਰਾਮ ਆ ਜਾਂਦਾ ਅੰਦਰ, ਇੰਨਾ ਠੰਡੇ ਠੰਡ ਘਰੇ ਪਏ ਸੀ, ਚਲਾਏ ਪੂਰੇ ਇਹਨਾਂ ਵਧੀਆ ਇਹਨਾਂ ਨੇ, ਇਹ ਤਾਂ ਲੱਗੀ ਵੀ ਸਾਲ ਦੀ 50% ਡਿਸਕਾਊਂਟ, ਸ਼ਰਟਾਂ ਸੋਹਣੀਆਂ ਹਲਕੀਆਂ ਨੇ ਜੀ। ਹਾਂ ਇਹ ਕਦੇ ਬਾਟਾ ਦੀ ਨਹੀਂ, ਮੈਨੂੰ ਤਾਂ ਬਾਟਾ ਲੱਗਿਆ ਗਿਆ, ਮੈਨੂੰ ਕਲਰ ਬਹੁਤ ਸੋਹਣੇ ਨੇ ਇਹਨਾਂ, ਰੋਇਲ ਕਲਰ ਕਹਿੰਦੇ, ਬੜਾ ਸੋਹਣਾ ਲੱਗਿਆ, ਕਲਰ ਵੀ ਸੋਹਣਾ। ਚੱਕਾ ਦੇਖੀਗਾ, ਚੱਕ ਲਈ ਜੀ, ਹੋਰ ਦੇਖੋ ਨਾ ਕਿੰਨਾ ਸੋਹਣਾ, ਦੇਖਿਓ ਕਾਟਨ ਦਾ ਹੈ, ਬਿਲਕੁਲ ਹਲਕਾ ਕੱਪੜਾ, ਪਰ ਦੇਖੀ ਇਹਨਾਂ ਲਈ ਤਾਂ ਪਾਉਣ ਲਈ ਸੋਹਣਾ, ਦੇਖੀ ਕਿੰਨੀਆਂ ਵੱਡੀਆਂ ਬਾਹਾਂ, ਮੈਨੂੰ ਇਹ ਚੀਜ਼ ਸੋਹਣੀ ਨਹੀਂ ਲੱਗਦੀ ਜੀ, ਪਰ ਕੱਪੜਾ ਬਹੁਤ ਸੋਹਣਾ, ਕੱਪੜਾ ਹਲਕਾ, ਹਾਂ ਜੀ, ਗਰਮੀਆਂ 'ਚ ਕਾਟਨ ਆ ਬਿਲਕੁਲ ਪਿਓਰ। ਚਲ ਬਹੁਤ ਬੜਾ ਕਹਿੰਦਾ ਭਨਾਰ ਲੱਗਿਆ, ਜਿਹੜਾ ਤੈਨੂੰ ਪਸੰਦ ਆ ਲੈ ਲੈ, ਜਿਹੜਾ ਨਹੀਂ ਆਉਂਦਾ ਰੱਖ ਦੇ। ਆਹ ਸਾਹਮਣੇ ਦੇਖ ਇੱਧਰ, ਆਹ ਵੀ ਟੀ ਸ਼ਰਟ ਕਿਆ ਸੋਹਣੀ ਆ, ਸ਼ਰਟ, ਹਾਂ ਜੀ ਆਹ ਵੀ ਸ਼ਰਟ ਸੋਹਣੀ, ਇਹ ਵੀ ਕਾਟਨ ਦੇ ਵਿੱਚ, ਹੋਰ ਵੀ ਇਹਦਾ ਹੈਗੀਆਂ ਚੀਜ਼ਾਂ ਥੋੜ੍ਹੀ ਸੋਹਣੀਆਂ ਲੱਭਣੀਆਂ ਪੈਣਾ ਵਾ ਵਿੱਚ, ਜਿਹੜੀ ਤੇਰੀ ਮਦਦ ਦੀ ਹੁਣ, ਹਾਂਜੀ ਨਹੀਂ ਬਣਦੀ ਗੱਲ, ਇੱਧਰ ਆਇਆ ਇੱਧਰ, ਆਹ ਦੇ ਇੱਧਰ, ਨਹੀਂ ਇਹ ਤਾਂ ਬਾਬੇ ਨੇ ਖਰੀਦ ਲੈਣੀ ਹੈ ਜੀ, ਆਹੀ ਖਰੀਦ ਲੈਣੀ ਹੈ ਜੀ ਫਿਰ ਮੈਂ, ਉਹ ਤੇਰਾ ਭਲਾ ਹੋਈ ਤੇਰਾ, ਆਹ ਤਾਂ ਬਾਲੀ ਤਕੜਾ ਸਮਾਨ ਹੋਏ, ਡਿਸਕਾਊਂਟ ਹੀ ਬਹੁਤ ਲੱਗੀ ਵੀ ਪਰ 20 ਰੁਪਏ ਦੀ ਹੈ, 20 ਤੋਂ ਕਦੇ 45 ਤੋਂ ਕੱਟ ਕੇ 20 ਪਰ ਲੱਗਿਆ, 55% ਡਿਸਕਾਊਂਟ ਕਰੀ ਵੀ ਆ, ਲੰਦੇ ਘੱਟ ਹੋਣੇ ਲੋਕਾਂ ਨੂੰ, ਪਰ ਵਧੀਆ ਖੱਦਰ ਦਾ ਸਾਰੀ, ਹੈ ਨਾ, ਹਾਂਜੀ ਸਾਰੇ ਖੱਦਰ ਦਾ ਬਿਲਕੁਲ।
ਰਹਿੰਦੀ ਆਪਣੇ ਕੰਮ ਦੀ ਕੀ ਹੈਗੀ ਹੈ? ਇਹਦਾ ਦੋ ਟੀ ਸ਼ਰਟ ਲੱਤੀਆਂ, ਦੋਨੇ ਦਿਲ ਲੱਗਦਾ ਦੋਨੇ ਫਿੱਟ ਆਉਣੀ, ਹੋਰ ਤਾਂ ਲੱਗਦਾ ਕੋਈ ਆਉਣੀ ਨਹੀਂ ਬਣੀ ਨਹੀਂ ਬਾਤ। ਮੈਂ ਤਾਂ ਸੋਚਿਆ ਬਾਈ ਜੋ ਮੈਂ ਲੈਣਾ, ਮੈਂ ਜਾ ਕੇ ਮਿੰਟੋ ਮਿੰਟ ਜਾ ਕੇ ਚੱਕ ਲੈਣਾ। ਰੰਗ ਬਿਰੰਗੀਆਂ ਪਾਉਣ ਦਾ ਬਹੁਤ ਰਿਵਾਜ ਹੈ ਹੁਣ ਇਟਲੀ ਦੇ ਵਿੱਚ, ਰੰਗ ਬਿਰੰਗੀ ਸ਼ਰਟਾਂ ਬਹੁਤ ਪਾਉਂਦੇ। ਆਪਾਂ ਵੀ ਜਾ ਕੇ ਲੈ ਕੇ ਉੱਥੋਂ, ਸ਼ਾਇਦ ਤੁਸੀਂ ਪਿਛਲਾ ਬਲੌਗ ਆਪਣਾ ਦੇਖਿਆ ਹੋਵੇ ਉਹ 'ਚ ਆਪਾਂ ਤੁਹਾਨੂੰ ਦਿਖਾਈ ਇੱਦਾਂ ਹੀ ਫੁੱਲ ਬੂਟੀਆਂ ਜਾਣੀਆਂ ਟੀ ਸ਼ਰਟਾਂ। ਅਤੇ ਪਰ ਮੈਂ ਹੋਰ ਚੀਜ਼ ਲੈਣ ਵਾਸਤੇ ਆਇਆ, ਮੈਂ ਤੁਹਾਨੂੰ ਦਿਖਾਉਂਦਾ ਜਦੋਂ ਮੈਨੂੰ ਮਿਲਦੀ ਹੈ ਨਾ ਉਦੋਂ ਹੀ ਦਿਖਾਉਂਦਾ ਮੈਂ ਕੀ ਲੈਣ ਵਾਸਤੇ ਆਇਆ। ਆਹ ਸਾਰੇ ਲੱਗੇ ਮੈਂ ਨਿੱਕਾ ਮਾਰਿਆ ਅਤੇ ਸਮੁੰਦਰ ਕੰਢੇ ਪਾਉਣ ਵਾਸਤੇ। ਇੱਥੇ ਵੱਖ ਵੱਖ ਤਰ੍ਹਾਂ ਦੇ ਕੱਪੜੇ ਪਾਉਂਦੇ ਆ ਮੁੰਡੇ, ਜਿਮ ਵਾਸਤੇ ਅਲੱਗ, ਸਮੁੰਦਰ ਕੰਢੇ ਜਾਣ ਵਾਸਤੇ ਅਲੱਗ, ਇੱਦਾਂ ਦੇ ਫੁੱਲਾਂ ਦੇ ਕੱਛੇ ਪਾ ਕੇ ਜਾਂਦੇ ਆ। ਪਰ ਮੈਂ ਦੇਖਣੀ ਹੋਰ ਚੀਜ਼, ਇੱਦਾਂ ਜੁੱਤੀਆਂ ਵੀ ਮਿੱਤਰੋ ਬਹੁਤ ਚੱਲਦੀਆਂ ਉਰੇ ਗਰਮੀ ਦੇ ਵਿੱਚ ਨਾ, ਬਹੁਤ ਜੁੱਤੀਆਂ ਚੱਲਦੀਆਂ। ਬਿਲਕੁਲ ਕੱਪੜੇ ਦੇਖੋ ਇੱਧਰ, ਸਿਰ ਥੱਲੇ ਤਲਾ ਹੀ ਤਲਾ ਗੱਲਾ, ਇਹਦਾ ਉੱਪਰ ਖੇਸੀ ਲੱਗੀ ਹੋਈ ਹੈ, ਕੱਪੜੇ ਲੱਗੇ ਹੋਏ ਗਰਮੀ ਪਾਉਣ ਵਾਸਤੇ, ਕਾਫੀ ਆ ਮੁੰਡੇ ਪਾਉਂਦੇ ਇਹਨੂੰ ਵੀ। ਅਤੇ ਆਹ ਚੱਪਲਾਂ ਦਾ ਕਹਿਣਾ ਕੀ ਆ, ਆਹ ਵੀ ਬਹੁਤ ਚੱਲਦੀਆਂ ਚੱਪਲਾਂ। ਇੱਧਰ ਲੱਗੀ ਮੇਰੀ ਨੀਕਰਾਂ ਜਿਹੜੀਆਂ ਆਪਣੀਆਂ ਆਮ ਕੱਸਾ ਟਾਈਪ, ਆਪਾਂ ਲੈਣੀਆਂ ਦੋਸਤੋ ਕੈਪਰੀ ਇੱਥੋਂ ਨੀਕਰ ਗਰਮੀ ਪਾਉਣ ਵਾਸਤੇ ਵਧੀਆ। ਇੱਕ ਤਾਂ ਮੈਂ ਪਿੱਛੋਂ ਲੈ ਗਿਆ ਸੀਗਾ ਅਤੇ ਫਿਟਿੰਗ ਫੁਟਿੰਗ ਵਧੀਆ ਆਈ ਆ ਅਤੇ ਡਿਸਕਾਊਂਟ ਵੀ ਕਾਫੀ ਲੱਗਿਆ ਹੋਇਆ, ਅਤੇ ਮੈਂ ਕਿਹਾ ਚੱਲ ਇੱਕ ਅੱਧੀ ਹੋਰ ਆ ਚੱਲਦੇ ਹਾਂ, ਬੰਦਾ ਬਦਲ ਬਦਲ ਕੇ ਪਾ ਲੈਂਦਾ ਫਿਰ। ਆਹ ਵਾਲੀ ਕੈਪਰੀ ਪਸੰਦ ਆਈ ਹੈ ਮਿੱਤਰੋ, ਹੁਣ ਆਪਾਂ ਸਿਹਤ 'ਚ ਆਪਾਂ ਕਲਰ ਵੀ ਵਧੀਆ ਇਹਦਾ, ਅਤੇ ਆਪਾਂ ਦੇਖਣਾ ਇਹਦੇ 'ਚ ਬਸ ਮਾੜਾ ਜਿਹਾ ਸਾਈਜ, ਪੁਰਾਂਤਾ ਸਾਈਜ ਚਿੰਕਵੰਤਾ ਸਾਈਜ ਇਹ 'ਚ ਔਖਾ ਹੀ ਮਿਲਣਾ ਆਪਾਂ ਨੂੰ, 46 ਆਪਾਂ ਜਿਹੜਾ 48 ਇਹ ਸਾਈਜ਼ ਸਾਰੇ ਵੱਡੇ ਨੇ। ਔਫਰ ਲੱਗੀ ਵੀ 25 ਰੁਪਏ ਦੀ ਸਾਰੀ, ਆਹ 48 ਹੋ ਗਿਆ। ਓਕੇ ਹਾਂਜੀ ਵੈਰੀ ਗੁੱਡ, ਦੋ ਟੀ ਸ਼ਰਟਾਂ ਓਕੇ ਹੋਈਆਂ ਜੀ। ਚਲ ਮੈਂ ਤਾਂ ਓਕੇ ਓਕੇ, ਮੈਂ ਤਾਂ ਆਪਣੇ ਸਾਈਜ਼ ਦਾ ਪਤਾ ਵੀ ਆਪਣੇ ਆਹ ਸਾਈਜ਼ ਹੁੰਦਾ, ਪਾ ਕੇ ਦੇਖਣ ਦੀ ਲੋੜ ਹੀ ਨਹੀਂ ਪਈ ਹੈਗੀ। ਓਕੇ ਓਕੇ ਲੈ ਫੜਾ ਜੀ ਫੜ ਲਓ। ਇੱਕ ਆਪਾਂ ਲੈਣੇ ਜੁਰਾਬਾਂ, ਆਹ ਦੇਖੋ ਸਾਰੇ ਜਿਹੜਾ ਸਟੈਂਡ ਹੈ ਸਾਰੀਆਂ ਜੁਰਾਬਾਂ ਜੁਰਾਬਾਂ ਲੱਗੀਆਂ, ਪਰ ਵੱਖ ਵੱਖ ਸਟਾਈਲ ਦੀਆਂ ਅਤੇ ਵੱਖ ਵੱਖ ਸਾਈਜ਼ ਦੀਆਂ, ਉੱਪਰ ਹੋ ਰਿਹਾ ਅਤੇ ਥੱਲੇ ਹੋ ਰਿਹਾ, ਉਸ ਥੱਲੇ ਹੋ ਰਿਹਾ, ਲੰਮੀਆਂ ਵੀ ਹੈਗੀਆਂ ਥੱਲੇ, ਉੱਤੇ ਉੱਤੇ ਛੋਟੇ ਹੁੰਦੇ ਚਲੇ ਜਾਣੀਆਂ। ਅਤੇ ਆਪਾਂ ਨੇ ਲੈਣੀ ਹੈ ਇੱਦਾਂ ਜੁਰਾਬਾਂ ਜਿੱਦਾਂ ਪਈਆਂ ਕੱਢ ਕੇ ਰੱਖੀਆਂ ਸੀ ਪਹਿਲੇ ਕਿਸੇ ਨੇ, 43 ਤੋਂ 46 ਨੰਬਰ, ਜਾਂ ਇੱਧਰ ਵਾਈਟ ਦੇ ਵਿੱਚ ਹੈ ਗਰੇ ਰੰਗ ਦੀ ਪੱਟੀ, ਜਾਂ ਫਿਰ ਬਲੈਕ ਦੇ ਵਿੱਚ ਹੈ ਵਾਈਟ ਰੰਗ ਦੀ ਪੱਟੀ, ਜਾਂ ਫਿਰ ਗਰੇ ਦੇ ਵਿੱਚ ਵਾਈਟ ਪੱਟੀ, ਸਾਈਜ਼ 38 ਤੋਂ 42 ਆਹ ਹੋਊਗਾ ਲੋਟ ਆਪਣੇ। ਲਓ ਵੀ ਫਾਈਨਲੀ ਮਤਲਬ ਸ਼ੋਪਿੰਗ ਵੀ ਆਪਾਂ ਨੇ ਆਪਣੀ ਨਿਬੇੜਤੀ ਆ, ਅਤੇ ਟਾਈਮ 3:30 ਹੋ ਗਏ। ਪਰ ਗੱਲ ਉਹੀ ਹੋਈ ਨਾ, ਜਿਹੜੀ ਚੀਜ਼ ਦੇਖ ਲਓ ਮੈਂ ਲੈਣੀ ਸੀਗੀ, ਮੈਂ ਤਾਂ ਮਿੰਟੋ ਮਿੰਟ ਜਾਂਦੀ ਸੀ ਚੱਕ ਲਈ ਆਪਣੀ, ਅਤੇ ਸਿਮਰ ਨੇ ਲਾਇਆ ਜਿਹੜਾ 2 ਘੰਟੇ ਲਾਇਆ, 2 ਘੰਟੇ ਕਦੇ ਉੱਧਰ ਨੂੰ ਉੱਧਰ ਨੂੰ। ਟ੍ਰੋਜ਼ਰ ਤਾਂ ਮੇਰੇ ਫਿਰ ਵੀ ਨਹੀਂ ਮਿਲੇ ਜੀ, ਹਲੇ ਕੀ ਚੀਜ਼ ਰਹਿ ਗਈ ਮਿਲਣ ਤੋਂ? ਅੱਛਾ ਹਾਂਜੀ, ਉਹ ਤਾਂ ਰਹਿ ਗਈ, ਮੇਨ ਤੋਂ ਹੀ ਲੈਣ ਗਈ ਸੀ ਮੈਂ, ਅਸੀਂ ਕਾਟਨ ਦੇ ਵਧੀਆ ਲੈਣੇ ਕੰਮ ਲੱਭੀ ਬਹੁਤ, ਪਰ ਮਿਲੀ ਨਹੀਂ। ਚਲੋ ਕੋਈ ਗੱਲ ਨਹੀਂ, ਆਪਾਂ ਅਗਲੀ ਵਾਰ ਸਹੀ, ਆਪਾਂ ਉਹਦਾ ਕਹਿਣਾ ਵੀ ਪੈਂਡਿੰਗ ਛੱਡ ਕੇ ਚੱਲੇ ਵੀ ਅਗਲੀ ਵਾਰ ਮੁੜ ਕੇ ਆਉਣ ਨੂੰ ਦੁਬਾਰਾ, ਫਿਰ ਆਪਾਂ ਨੂੰ ਰਸਤਾ ਬਣ ਜਾਵੇ ਨਾ ਵੀ ਹਾਂ ਟ੍ਰੋਜ਼ਰ ਨਹੀਂ ਮਿਲੇ, ਹੁਣ ਟ੍ਰੋਜ਼ਰ ਲੈਣ ਚੱਲੀ ਆਪਾਂ ਕਿਸੇ ਨਾ ਚੱਲੀ। ਗਰਮੀ ਬਹੁਤ ਆ ਦੇਖੋ, ਧੁੱਪ ਐਨ ਸੂਰਜ ਮਿੱਤਰ ਪੂਰਾ ਐਨ ਟਾਟਕੇ ਦਾ ਖੜ੍ਹਾ ਉੱਪਰ ਐਨ ਸਿਰ ਦੇ ਉੱਪਰ। ਸ਼ੋਪਿੰਗ ਸ਼ੋਪਿੰਗ ਕਰਕੇ ਮਿੱਤਰੋ ਪਹੁੰਚ ਗਏ ਸੀਗੇ ਆਪਾਂ ਆਪਣੀ ਸ਼ੋਪ 'ਤੇ ਹੁਣ, ਅਤੇ ਬਸ 5:30 ਹੋ ਗਏ ਹਾਂ, ਅਤੇ ਆਪਾਂ ਨੂੰ ਦੁਕਾਨ ਖੋਲ੍ਹੀ ਅਤੇ ਕਰੀ ਆਪਣੇ ਕੰਮ ਕਾਜ ਸਟਾਰਟ। ਅਤੇ ਬਾਕੀ ਨਾ ਆਹ ਟਾਈਮ ਥੋੜ੍ਹੀ ਮੌਸਮ 'ਚ ਮਾੜੀ ਰਾਹਤ ਜੀ ਆ ਜਾਂਦੀ ਆ, ਆਹ ਟਾਈਮ ਇੱਦਾਂ ਵੀ ਸੂਰਜ ਮਾੜਾ ਢਲ ਜਾਂਦਾ ਅਤੇ ਹਵਾ ਮਾੜੀ ਚੱਲ ਪੈਂਦੀ ਹੈ, ਥੋੜ੍ਹਾ ਸਾਹ ਜਿਹਾ ਆਉਣ ਲੈਂਦਾ ਮਾੜਾ, ਹਵਾ ਜਿਹੜਾ ਬੋਲਾ ਹੁੰਦਾ ਨਾ ਸਾਹ ਜਿਹਾ ਲੱਗ ਜਾਂਦਾ ਮਾੜੇ ਆਉਣ, ਅਤੇ ਬਸ ਆਪਾਂ ਹੀ ਬਸ ਮਿੱਤਰੋ ਕਰੀ ਆਪਣਾ ਕੰਮ ਕਾਜ ਸਟਾਰਟ, ਅਤੇ ਵਲੋਗ ਇੱਥੇ ਆਪਾਂ ਆਪਣਾ ਜਿਹੜਾ ਬੰਦ ਕਰਦੇ ਹਾਂ। ਤੁਹਾਨੂੰ ਜਿਹੜਾ ਜਿਹੜਾ ਵਲੋਗ ਪਸੰਦ ਆ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ, ਚੈਨਲ ਸਬਸਕ੍ਰਾਈਬ ਕਰਿਓ, ਬੈਲ ਆਈਕਨ 'ਤੇ ਕਰੋ ਕਲਿੱਕ, ਸਵੇਰੇ ਮਿਲਾਂਗੇ ਤੁਹਾਨੂੰ ਇੱਕ ਹੋਰ ਸੋਹਣੇ ਜਿਹੇ ਵਲੋਗ ਦੇ ਵਿੱਚ। ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।